ਇਹ ਰੂਸੀ ਕਹਾਣੀ ਸੱਚ ਦਾ ਗਵਾਹ ਈਸ਼ਵਰ ਲੀ ਟੋਲਸਟਾਏ ਦੀ ਲਿਖੀ ਹੋਈ ਹੈ। ਵਲਾਦੀਮੀਰ ਨਗਰ ਵਿੱਚ ਅਕਸੀਨੋਫ ਨਾਂ ਦਾ ਇੱਕ ਨੌਜਵਾਨ ਵਪਾਰੀ ਰਹਿੰਦਾ ਸੀ। ਉਸਦੇ ਕੋਲ ਆਪਣਾ ਇੱਕ ਮਕਾਨ ਅਤੇ ਦੋ ਦੁਕਾਨਾਂ ਸਨ। ਅਕਸੀਨੋਫ ਬੜਾ ਖੂਬਸੂਰਤ ਸੀ, ਉਹਦੇ ਵਾਲ ਕੰਗਰਾਲੇ ਸਨ, ਉਹ ਬੜਾ ਖੁਸ਼ ਮਿਜ਼ਾਜ ਵਿਅਕਤੀ ਸੀ। ਉਹ ਬਹੁਤ ਵਧੀਆ ਗਾਉਂਦਾ ਸੀ। ਜਵਾਨੀ ਸਮੇਂ ਉਹ ਬਹੁਤ ਜ਼ਿਆਦਾ ਪੀਂਦਾ ਸੀ ਅਤੇ ਨਸ਼ਾ ਚੜ੍ਹਨ ਉੱਤੇ ਬੜਾ ਖਰੂਦ ਪਾਉਂਦਾ ਸੀ। ਪਰ ਵਿਆਹ ਤੋਂ ਬਾਅਦ ਉਸਨੇ ਸ਼ਰਾਬ ਪੀਣੀ ਛੱਡ ਦਿੱਤੀ, ਪਰ ਕਦੇ ਕਦੇ ਪੀਂਦਾ ਸੀ। ਗਰਮੀ ਦੇ ਦਿਨ ਸਨ, ਉਹ ਦੂਰ ਇੱਕ ਮੇਲੇ ਵਿੱਚ ਜਾਣ ਦੀ ਤਿਆਰੀ ਕਰ ਰਿਹਾ ਸੀ। ਉਹ ਜਾਣ ਲੱਗਿਆ, ਆਪਣੇ ਟੱਬਰ ਤੋਂ ਵਿਦਾ ਲੈਣ ਲੱਗਿਆ ਤਾਂ ਉਸਦੀ ਪਤਨੀ ਨੇ ਕਿਹਾ, ਅੱਜ ਨਾ ਜਾਓ, ਮੈਂ ਰਾਤ ਸੁਪਨਾ ਦੇਖਿਆ ਸੀ ਕਿ ਤੁਹਾਡੇ 'ਤੇ ਕੋਈ ਮੁਸੀਬਤ ਪਈ ਹੋਈ ਹੈ। ਅਕਸੀਨੋਫ ਉਸ 'ਤੇ ਹੱਸਣ ਲੱਗਿਆ। ਉਸਨੇ ਕਿਹਾ, ਕੀ ਤੂੰ ਅੱਜ ਵੀ ਡਰਦੀ ਹੈ ਕਿ ਮੈਂ ਮੇਲੇ 'ਚ ਸ਼ਰਾਬ ਪੀ ਕੇ ਗੁੱਲ ਸ਼ਰੇ ਉਡਾਵਾਂਗਾ? ਉਸਦੀ ਪਤਨੀ ਨੇ ਕਿਹਾ, ਮੈਂ ਖੁਦ ਨਹੀਂ ਜਾਣਦੀ ਕਿ ਮੈਂ ਕਿਸ ਗੱਲ ਤੋਂ ਡਰ ਰਹੀ ਹਾਂ, ਪਰ ਮੈਂ ਰਾਤ ਬਹੁਤ ਬੁਰਾ ਸੁਪਨਾ ਦੇਖਿਆ। ਮੈਂ ਤੁਹਾਨੂੰ ਸ਼ਹਿਰ ਤੋਂ ਮੁੜਦੇ ਹੋਏ ਵੇਖਿਆ, ਤੁਸੀਂ ਆਪਣਾ ਹੈਟ ਉਤਾਰ ਲਿਆ ਅਤੇ ਮੈਂ ਤੁਹਾਨੂੰ ਦੇਖਦੀ ਰਹੀ, ਤੁਹਾਡਾ ਚਿਹਰਾ ਕਾਲਾ ਪੈ ਗਿਆ ਸੀ। ਅਕਸੀਨੋਫ ਹੱਸ ਪਿਆ, ਇਹ ਮੇਰੀ ਚੰਗੀ ਕਿਸਮਤ ਦੀ ਸੂਚਨਾ ਸੀ। ਦੇਖੋ, ਮੈਂ ਜਾ ਰਿਹਾ ਹਾਂ, ਤੇਰੇ ਲਈ ਕੋਈ ਬਹੁਤ ਕੀਮਤੀ ਤੋਹਫ਼ਾ ਲਿਆਵਾਂਗਾ। ਉਹ ਆਪਣੇ ਪਰਿਵਾਰ ਤੋਂ ਵਿਦਾ ਲੈ ਤੁਰ ਪਿਆ। ਉਹ ਆਪਣਾ ਅੱਧਾ ਪੈਂਡਾ ਮੁਕਾ ਚੁੱਕਾ ਸੀ ਜਦੋਂ ਉਸਦਾ ਮੇਲ ਇੱਕ ਹੋਰ ਵਪਾਰੀ ਨਾਲ ਹੋ ਗਿਆ। ਉਹ ਜਾਣੂ ਸਨ, ਦੋਵੇਂ ਇੱਕ ਸਰਾਂ ਵਿੱਚ ਠਹਿਰੇ। ਅਕਸੀਨੋਫ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਅੱਧੀ ਰਾਤ ਨੂੰ ਉਸਦੀ ਅੱਖ ਖੁੱਲ੍ਹ ਗਈ। ਉਸਨੇ ਸੋਚਿਆ ਕਿ ਠੰਡੇ ਠੰਡੇ ਹੀ ਰਸਤਾ ਤੈਅ ਕਰ ਲਿਆ ਜਾਵੇ। ਉਸਨੇ ਆਪਣੇ ਨੌਕਰ ਨੂੰ ਜਗਾਇਆ ਅਤੇ ਗੱਡਾ ਜੋੜਨ ਲਈ ਕਿਹਾ। ਸਰਾਂ ਵਾਲੇ ਦੀ ਧੂਏ ਭਰੀ ਝੋਂਪੜੀ ਵਿੱਚ ਜਾ ਕੇ ਉਸਨੇ ਹਿਸਾਬ ਕਿਤਾਬ ਕੀਤਾ ਅਤੇ ਤੁਰ ਪਿਆ। ਲਗਭਗ 26 ਮੀਲ ਦੀ ਯਾਤਰਾ ਤੈਅ ਕਰਨ ਤੋਂ ਬਾਅਦ ਉਹ ਪਾਣੀ ਪੀਣ ਲਈ ਰੁਕਿਆ। ਉਸਨੇ ਇੱਕ ਸਰਾਂ ਦੇ ਵਿਹੜੇ ਵਿੱਚ ਆਰਾਮ ਕੀਤਾ। ਦੁਪਹਿਰ ਹੋਣ ਉੱਤੇ ਉਸਨੇ ਚਾਹ ਤਿਆਰ ਕਰਨ ਲਈ ਕਿਹਾ। ਉਸ ਤੋਂ ਬਾਅਦ ਉਹ ਆਪਣੀ ਸਤਾਰ ਕੱਢ ਕੇ ਵਜਾਉਣ ਲੱਗਿਆ। ਅਚਾਨਕ 3 ਘੋੜਿਆਂ ਵਾਲੀ ਬੱਗੀ ਜਿਸ ਵਿੱਚ ਇੱਕ ਘੰਟੀ ਬੰਨੀ ਹੋਈ ਸੀ ਸਰਾਂ ਦੇ ਬੂਹੇ ਅੱਗੇ ਆ ਕੇ ਰੁਕੀ। ਬੱਗੀ 'ਚੋਂ ਇੱਕ ਪੁਲਿਸ ਅਫਸਰ ਅਤੇ 2 ਸਿਪਾਹੀ ਛਾਲ ਮਾਰ ਕੇ ਉਤਰੇ। ਉਹ ਸਿੱਧੇ ਅਕਸੀਨੋਫ ਕੋਲ ਗਏ ਅਤੇ ਉਸ ਤੋਂ ਪੁੱਛਿਆ, ਤੂੰ ਕੌਣ ਹੈ ਅਤੇ ਕਿੱਥੋਂ ਆ ਰਿਹਾ? ਅਕਸੀਨੋਫ ਨੇ ਅਫਸਰ ਦੇ ਪ੍ਰਸ਼ਨਾਂ ਦਾ ਸਤਿਕਾਰ ਨਾਲ ਉੱਤਰ ਦਿੰਦਿਆਂ ਚਾਹ ਵੀ ਪੇਸ਼ ਕੀਤੀ, ਪਰੰਤੂ ਪੁਲਿਸ ਅਫਸਰ ਨੇ ਉਸ 'ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਤੂੰ ਕੱਲ੍ਹ ਰਾਤ ਕਿੱਥੇ ਕੱਟੀ ਸੀ? ਕੀ ਤੂੰ ਇਕੱਲਾ ਸੀ ਜਾਂ ਕੋਈ ਵਪਾਰੀ ਵੀ ਤੇਰੇ ਨਾਲ ਸੀ? ਕੀ ਤੂੰ ਅੱਜ ਉਸ ਵਕਤ 'ਤੇ ਉਸ ਵਪਾਰੀ ਨੂੰ ਦੇਖਿਆ ਸੀ? ਤੂੰ ਇੰਨੀ ਜਲਦੀ ਹੀ ਕਿਉਂ ਤੁਰ ਪਿਆ ਉੱਥੋਂ? ਅਕਸੀਨੋਫ ਨੂੰ ਹੈਰਾਨੀ ਹੋਈ ਕਿ ਉਸ ਨੂੰ ਇਹ ਸਾਰੇ ਸਵਾਲ ਕਿਉਂ ਕੀਤੇ ਜਾ ਰਹੇ ਹਨ। ਪਰ ਉਸਨੇ ਸਾਰੇ ਸਵਾਲਾਂ ਦਾ ਸਿੱਧਾ ਸਿੱਧਾ ਜਵਾਬ ਦੇ ਦਿੱਤਾ ਅਤੇ ਪੁੱਛਿਆ, ਤੁਸੀਂ ਮੈਥੋਂ ਇਹ ਸਵਾਲ ਕਿਉਂ ਪੁੱਛ ਰਹੇ ਹੋ? ਕਿ ਮੈਂ ਕੋਈ ਚੋਰ ਜਾਂ ਡਾਕੂ ਹਾਂ? ਮੈਂ ਆਪਣੇ ਵਪਾਰ ਦੇ ਸੰਬੰਧ ਵਿੱਚ ਜਾ ਰਿਹਾ, ਮੈਂ ਕੋਈ ਯਾਰਾ ਗੇਰਾ ਆਦਮੀ ਨਹੀਂ ਹਾਂ। ਤਦ ਪੁਲਿਸ ਅਫਸਰ ਨੇ ਆਪਣੇ ਸਿਪਾਹੀਆਂ ਨੂੰ ਬੁਲਾਇਆ ਅਤੇ ਕਿਹਾ, ਮੈਂ ਪੁਲਿਸ ਇੰਸਪੈਕਟਰ ਹਾਂ। ਮੈਂ ਤੈਨੂੰ ਇਹ ਸਵਾਲ ਇਸ ਲਈ ਕੀਤੇ ਨੇ ਕਿ ਰਾਤ ਤੂੰ ਜਿਸ ਵਪਾਰੀ ਨਾਲ ਸੀ ਉਸਦਾ ਖੂਨ ਹੋ ਗਿਆ ਹੈ। ਤੂੰ ਆਪਣੀਆਂ ਸਾਰੀਆਂ ਚੀਜ਼ਾਂ ਮੈਨੂੰ ਦਿਖਾ, ਮੈਂ ਤਲਾਸ਼ੀ ਲੈਣੀ ਹੈ। ਦੋਵੇਂ ਸਿਪਾਹੀ ਸਰਾਂ ਅੰਦਰ ਜਾ ਕੇ ਉਸਦਾ ਟਰੰਕ ਅਤੇ ਬੈਗ ਲੈ ਆਏ ਅਤੇ ਖੋਲ੍ਹ ਕੇ ਤਲਾਸ਼ੀ ਲੈਣ ਲੱਗੇ। ਅਚਾਨਕ ਪੁਲਿਸ ਅਫਸਰ ਨੇ ਉਸਦੇ ਬੈਗ 'ਚੋਂ ਇੱਕ ਛੁਰਾ ਲੱਭ ਲਿਆ। ਉਸ ਨੇ ਉੱਚੀ ਸੁਰ 'ਚ ਕਿਹਾ, ਓਏ, ਇਹ ਛੁਰਾ ਕਿਸਦਾ ਹੈ? ਅਕਸੀਨੋਫ ਨੇ ਦੇਖਿਆ ਕਿ ਲਹੂ ਨਾਲ ਲਿਬੜਿਆ ਛੁਰਾ ਉਸਦੇ ਬੈਗ 'ਚੋਂ ਨਿਕਲਿਆ ਹੈ ਅਤੇ ਉਹ ਡਰ ਗਿਆ। ਛੁਰੇ ਉੱਤੇ ਖੂਨ, ਕਿਸਦਾ ਖੂਨ? ਅਕਸੀਨੋਫ ਨੇ ਜਵਾਬ ਦੇਣ ਦਾ ਯਤਨ ਕੀਤਾ। ਉਸਦੇ ਗਲੇ 'ਚੋਂ ਸ਼ਬਦ ਨਾ ਨਿਕਲੇ। ਮੈਂ ਨਹੀਂ ਜਾਣਦਾ, ਮੈਂ ਉਹ ਛੁਰਾ ਮੇਰਾ ਨਹੀਂ ਹੈ। ਇਸ 'ਤੇ ਪੁਲਿਸ ਅਫਸਰ ਨੇ ਕਿਹਾ,
ਅੱਜ ਸਵੇਰੇ ਉਸ ਵਪਾਰੀ ਦੀ ਛਾਤੀ ਵਿੱਚ ਕਿਸੇ ਨੇ ਛੁਰਾ ਖੋਭ ਦਿੱਤਾ। ਇਹ ਕੰਮ ਤੇਥੋਂ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ। ਸਰਾਂ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਉੱਥੇ ਤੇਰੇ ਬਿਨਾਂ ਹੋਰ ਕੋਈ ਹੈ ਵੀ ਨਹੀਂ ਸੀ। ਤੇਰੇ ਬੈਗ 'ਚੋਂ ਖੂਨ ਨਾਲ ਲਿਬੜਿਆ ਇਹ ਛੁਰਾ ਮਿਲਿਆ ਹੈ। ਤੇਰੇ ਅਪਰਾਧ ਦੀ ਗਵਾਹੀ ਤੇਰਾ ਚਿਹਰਾ ਦੇ ਰਿਹਾ ਹੈ। ਤੂੰ ਮੈਨੂੰ ਸੱਚ ਸੱਚ ਦੱਸ ਦੇ ਕਿ ਉਹਦਾ ਕਤਲ ਕਿਵੇਂ ਕੀਤਾ ਅਤੇ ਕਿੰਨੀ ਰਕਮ ਚੋਰੀ ਕੀਤੀ ਹੈ। ਆਕਸੀਨੋਫ ਨੇ ਸਹੁੰ ਖਾਂਦਿਆਂ ਕਿਹਾ, ਜਨਾਬ ਮੈਂ ਇਹ ਕਾਰਾ ਨਹੀਂ ਕੀਤਾ। ਉਸ ਵਪਾਰੀ ਨਾਲ ਚਾਹ ਪੀਣ ਤੋਂ ਬਾਅਦ ਮੈਂ ਉਸ ਨੂੰ ਦੇਖਿਆ ਵੀ ਨਹੀਂ। ਮੇਰੇ ਕੋਲ ਸਿਰਫ ਮੇਰੇ ਆਪਣੇ 8,000 ਰੁਪਈਏ ਹਨ ਅਤੇ ਇਹ ਛੁਰਾ ਮੇਰਾ ਨਹੀਂ ਹੈ। ਪਰੰਤੂ ਉਸਦਾ ਚਿਹਰਾ ਪੀਲਾ ਭੂਕ ਹੋ ਗਿਆ। ਉਸਦੀ ਆਵਾਜ਼ ਕੰਬ ਰਹੀ ਸੀ। ਸਰੀਰ ਕਿਸੇ ਅਪਰਾਧੀ ਵਾਂਗ ਡਰ ਨਾਲ ਥਰ ਥਰ ਕੰਬ ਰਿਹਾ ਸੀ। ਪੁਲਿਸ ਅਫਸਰ ਨੇ ਸਿਪਾਹੀਆਂ ਨੂੰ ਹਦਾਇਤ ਕੀਤੀ ਕਿ ਉਹ ਆਕਸੀਨੋਫ ਨੂੰ ਬੰਨ ਕੇ ਲੈ ਚੱਲਣ। ਉਸਦੇ ਦੋਵੇਂ ਹੱਥ ਅਤੇ ਪੈਰ ਬੰਨ ਕੇ ਬੱਗੀ ਵਿੱਚ ਬਿਠਾ ਦਿੱਤਾ ਤਾਂ ਆਕਸੀਨੋਫ ਗੋਡਿਆਂ 'ਚ ਸਿਰ ਸੱਟੀ ਉੱਚੀ ਉੱਚੀ ਰੋਣ ਲੱਗਿਆ। ਪੁਲਿਸ ਨੇ ਉਸ ਦੀਆਂ ਸਾਰੀਆਂ ਚੀਜ਼ਾਂ ਅਤੇ ਰੁਪਈਏ ਖੋ ਲਏ। ਉਸ ਨੂੰ ਨਾਲ ਲੈ ਕੇ ਇੱਕ ਸ਼ਹਿਰ ਵਿੱਚ ਲਿਜਾਇਆ ਗਿਆ ਅਤੇ ਜੇਲ੍ਹਖਾਨੇ ਵਿੱਚ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਆਕਸੀਨੋਫ ਦੇ ਸ਼ਹਿਰ ਵਿੱਚ ਜਾ ਕੇ ਉਸਦੇ ਚਰਿੱਤਰ ਬਾਰੇ ਪੁੱਛਗਿੱਛ ਕੀਤੀ। ਸ਼ਹਿਰ ਦੇ ਸਾਰੀਆਂ ਵਪਾਰੀਆਂ ਅਤੇ ਨਾਗਰਿਕਾਂ ਨੇ ਕਿਹਾ ਕਿ ਉਹ ਜਵਾਨੀ ਵੇਲੇ ਸ਼ਰਾਬ ਪੀ ਕੇ ਖਰੂਦ ਪਾਉਂਦਾ ਸੀ, ਪਰ ਹੁਣ ਤਾਂ ਉਹ ਬਹੁਤ ਵਧੀਆ ਵਿਅਕਤੀ ਸੀ। ਇਸ ਤੋਂ ਬਾਅਦ ਆਕਸੀਨੋਫ ਨੂੰ ਅਦਾਲਤ ਵਿੱਚ ਲਿਜਾਇਆ ਗਿਆ। ਵਪਾਰੀ ਦਾ ਕਤਲ ਕਰਨ ਅਤੇ ਉਸਦੇ 20,000 ਰੁਪਈਏ ਚੋਰੀ ਕਰਨ ਬਦਲੇ ਉਸਨੂੰ ਵੱਡੀ ਸਜ਼ਾ ਦਿੱਤੀ ਗਈ। ਆਕਸੀਨੋਫ ਦੀ ਪਤਨੀ ਇਸ ਅਚਾਨਕ ਹੋਣ ਵਾਲੀ ਘਟਨਾ ਤੋਂ ਡੌਰ ਭੌਰ ਹੋ ਗਈ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਉਸਦੇ ਬੱਚੇ ਛੋਟੇ ਛੋਟੇ ਸਨ, ਇੱਕ ਤਾਂ ਅਜੇ ਦੁੱਧ ਚੁੰਘਦਾ ਸੀ। ਉਹ ਆਪਣੇ ਬੱਚਿਆਂ ਨੂੰ ਲੈ ਕੇ ਉਸ ਸ਼ਹਿਰ ਗਈ ਜਿੱਥੇ ਉਸਦਾ ਪਤੀ ਕੈਦ ਸੀ। ਪਹਿਲਾਂ ਤਾਂ ਉਸਨੂੰ ਆਪਣੇ ਪਤੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲੀ, ਪਰੰਤੂ ਬਾਅਦ ਵਿੱਚ ਮੁਸ਼ਕਲ ਨਾਲ ਮਿਲੀ ਅਤੇ ਉਸਨੂੰ ਉਸਦੇ ਪਤੀ ਕੋਲ ਲਿਜਾਇਆ ਗਿਆ। ਜਦੋਂ ਉਸਨੇ ਆਪਣੇ ਪਤੀ ਨੂੰ ਕੈਦੀਆਂ ਵਾਲੇ ਕੱਪੜਿਆਂ ਵਿੱਚ ਹੱਥਾਂ ਪੈਰਾਂ ਵਿੱਚ ਬੇੜੀਆਂ ਅਤੇ ਹੋਰ ਖੂਨੀ ਕੈਦੀਆਂ ਨਾਲ ਵੇਖਿਆ ਤਾਂ ਬੇਹੋਸ਼ ਹੋ ਗਈ। ਕਾਫ਼ੀ ਦੇਰ ਬਾਅਦ ਉਸਦੀ ਬੇਹੋਸ਼ੀ ਟੁੱਟੀ ਤਾਂ ਉਹ ਆਪਣੇ ਬੱਚਿਆਂ ਦੇ ਨਾਲ ਉਹਨਾਂ ਖੂਨੀ ਕੈਦੀਆਂ ਵਿੱਚ ਬੈਠ ਗਈ ਅਤੇ ਪਤੀ ਨੂੰ ਘਰ ਦੀਆਂ ਸਾਰੀਆਂ ਗੱਲਾਂ ਦੱਸਣ ਲੱਗੀ। ਉਸ ਤੋਂ ਬਾਅਦ ਉਸਨੇ ਪਤੀ ਤੋਂ ਸਾਰੀ ਘਟਨਾ ਬਾਰੇ ਜਾਣਕਾਰੀ ਲਈ ਅਤੇ ਕਿਹਾ, ਹੁਣ ਕੀ ਕੀਤਾ ਜਾਵੇ? ਉਸਨੇ ਉੱਤਰ ਦਿੱਤਾ, ਅਸੀਂ ਜ਼ਾਰ ਦੇ ਕੋਲ ਬੇਨਤੀ ਪੱਤਰ ਭੇਜਾਂਗੇ। ਇਹ ਅਸੰਭਵ ਹੈ ਕਿ ਇੱਕ ਨਿਰਦੋਸ਼ ਵਿਅਕਤੀ ਨੂੰ ਸਜ਼ਾ ਮਿਲੇ। ਪਤਨੀ ਨੇ ਦੱਸਿਆ ਕਿ ਉਹ ਜ਼ਾਰ ਕੋਲ ਪਹਿਲਾਂ ਹੀ ਬੇਨਤੀ ਪੱਤਰ ਭੇਜ ਚੁੱਕੀ ਹੈ, ਪਰ ਉਹ ਸਵੀਕਾਰ ਨਹੀਂ ਹੋਈਆਂ। ਇਸ 'ਤੇ ਆਕਸੀਨੋਫ ਨੇ ਕੋਈ ਉੱਤਰ ਨਹੀਂ ਦਿੱਤਾ, ਪਰ ਬਹੁਤ ਹੀ ਉਦਾਸ ਹੋ ਗਿਆ। ਤਦ ਉਸਦੀ ਪਤਨੀ ਨੇ ਕਿਹਾ, ਮੈਂ ਤੈਨੂੰ ਪਹਿਲਾਂ ਹੀ ਆਪਣੇ ਸੁਪਨੇ ਦੀ ਗੱਲ ਕਹੀ ਸੀ। ਮੈਂ ਸੁਪਨੇ 'ਚ ਤੇਰਾ ਕਾਲਾ ਮੂੰਹ ਦੇਖਿਆ ਸੀ, ਤਦ ਹੀ ਮੇਰਾ ਮੱਥਾ ਠਣਕਿਆ ਸੀ। ਇਸ ਦੁੱਖ 'ਚ ਦੇਖ ਤੇਰਾ ਚਿਹਰਾ ਹੁਣੇ ਤੂੰ ਕਾਲਾ ਹੋਣ ਲੱਗ ਗਿਆ। ਉਸ ਸਮੇਂ ਤੈਨੂੰ ਯਾਤਰਾ ਨਹੀਂ ਕਰਨੀ ਚਾਹੀਦੀ ਸੀ। ਉਹ ਆਪਣੇ ਵਾਲ ਪੁੱਟਣ ਲੱਗੀ ਅਤੇ ਕਿਹਾ, ਪਿਆਰੇ ਤੂੰ ਮੈਨੂੰ ਤਾਂ ਸੱਚ ਸੱਚ ਦੱਸ ਦੇ ਕਿ ਤੂੰ ਕਤਲ ਕੀਤਾ ਜਾਂ ਨਹੀਂ। ਆਕਸੀਨੋਫ ਨੇ ਕਿਹਾ, ਤਾਂ ਤੈਨੂੰ ਵੀ ਮੇਰੇ 'ਤੇ ਯਕੀਨ ਨਹੀਂ ਹੈ, ਅਤੇ ਉਹ ਆਪਣਾ ਮੂੰਹ ਲੁਕੋ ਕੇ ਰੋਣ ਲੱਗਾ। ਉਸ ਸਮੇਂ ਇੱਕ ਸਿਪਾਹੀ ਨੇ ਕਿਹਾ ਕਿ ਹੁਣ ਸਮਾਂ ਹੋ ਗਿਆ ਹੈ ਅਤੇ ਉਸਨੂੰ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਹੈ। ਆਕਸੀਨੋਫ ਨੇ ਸਦਾ ਲਈ ਆਪਣੇ ਪਰਿਵਾਰ ਤੋਂ ਵਿਦਾ ਲੈ ਲਈ। ਪਤਨੀ ਦੇ ਚਲੇ ਜਾਣ ਪਿੱਛੋਂ ਆਕਸੀਨੋਫ ਨੇ ਉਹਨਾਂ ਸਾਰੀਆਂ ਗੱਲਾਂ ਉੱਤੇ ਵਿਚਾਰ ਕੀਤਾ ਜੋ ਪਤਨੀ ਨਾਲ ਹੋਈਆਂ ਸਨ। ਜਦ ਉਸਨੂੰ ਯਾਦ ਆਇਆ ਕਿ ਪਤਨੀ ਨੇ ਵੀ ਉਸ 'ਤੇ ਬੇਯਕੀਨੀ ਕੀਤੀ ਹੈ, ਤਦ ਉਸਦੇ ਮਨ 'ਚ ਵਿਚਾਰ ਆਇਆ, ਮੈਂ ਜਾਣ ਗਿਆ ਈਸ਼ਵਰ ਤੋਂ ਬਿਨਾਂ ਕੋਈ ਨਹੀਂ ਹੈ। ਜੋ ਸੱਚੀ ਗੱਲ ਜਾਣਦਾ ਹੈ ਸਿਰਫ ਉਸ ਅੱਗੇ ਹੀ ਰਹਿਮ ਕਰਨ ਲਈ ਹੱਥ ਜੋੜਨੇ ਚਾਹੀਦੇ ਹਨ। ਉਹੀ ਹੈ ਜਿਸ ਤੋਂ ਰਹਿਮ ਦੀ ਉਮੀਦ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਆਕਸੀਨੋਫ ਨੇ ਜ਼ਾਰ ਕੋਲ ਬੇਨਤੀ ਪੱਤਰ ਭੇਜਣੇ ਛੱਡ ਦਿੱਤੇ ਅਤੇ ਸਾਰੀ ਉਮੀਦ ਛੱਡ ਦਿੱਤੀ। ਇਹ ਸਿਰਫ ਈਸ਼ਵਰ ਦੀ ਪ੍ਰਾਰਥਨਾ ਕਰਨ ਲੱਗਾ। ਆਕਸੀਨੋਫ ਨੂੰ ਪਹਿਲਾਂ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ, ਫਿਰ ਕਾਲੇ ਪਾਣੀ ਭੇਜਣ ਦੀ। ਇੰਜ ਹੀ ਹੋਇਆ।
ਪਹਿਲਾਂ ਉਸ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ। ਉਸ ਤੋਂ ਬਾਅਦ ਜਦੋਂ ਉਸਦੇ ਜ਼ਖਮ ਠੀਕ ਹੋ ਗਏ ਤਾਂ ਹੋਰ ਕੈਦੀਆਂ ਨਾਲ ਉਸ ਨੂੰ ਸਾਈਬੇਰੀਆ ਭੇਜ ਦਿੱਤਾ ਗਿਆ। ਆਕਸੀਨੋਫ ਉੱਥੇ 26 ਸਾਲ ਤੱਕ ਰਿਹਾ। ਉਸਦੇ ਵਾਲ ਬਿਲਕੁਲ ਚਿੱਟੇ ਹੋ ਗਏ, ਦਾੜ੍ਹੀ ਬਹੁਤ ਲੰਮੀ ਹੋ ਗਈ ਸੀ। ਉਸਦੇ ਮੂੰਹ 'ਤੇ ਖੇਡਦੀ ਖੁਸ਼ੀ ਅਲੋਪ ਹੋ ਗਈ। ਟੂਈ ਵਿੱਚ ਕੁੱਬ ਪੈ ਗਿਆ। ਉਹ ਹੁਣ ਬਹੁਤ ਘੱਟ ਬੋਲਦਾ ਸੀ। ਹਾਸੀ ਤਾਂ ਉਹਦੇ ਮੂੰਹ ਤੋਂ ਜਿਵੇਂ ਅਲੋਪ ਹੀ ਹੋ ਗਈ। ਉਹ ਜ਼ਿਆਦਾਤਰ ਸਮਾਂ ਪ੍ਰਾਰਥਨਾ ਵਿੱਚ ਹੀ ਬਿਤਾਉਂਦਾ ਸੀ। ਆਕਸੀਨੋਫ ਨੇ ਜੇਲ੍ਹ ਵਿੱਚ ਜੁੱਤੇ ਬਣਾਉਣਾ ਸਿੱਖ ਲਿਆ ਸੀ। ਉਹਨਾਂ ਜੁੱਤਿਆਂ ਤੋਂ ਜਿਹੜੇ ਪੈਸੇ ਮਿਲਦੇ ਸਨ, ਉਸ ਨਾਲ ਉਸਨੇ ਪੁਸਤਕ ਸ਼ਹੀਦਾਂ ਦੀ ਕਹਾਣੀ ਖਰੀਦ ਲਈ। ਜਦੋਂ ਤੱਕ ਜ਼ੇਲ੍ਹਖਾਨੇ ਵਿੱਚ ਚਾਨਣ ਰਹਿੰਦਾ ਸੀ, ਉਹ ਉਸ ਕਿਤਾਬ ਨੂੰ ਪੜ੍ਹਦਾ ਸੀ। ਛੁੱਟੀਆਂ ਦੇ ਦਿਨਾਂ 'ਚ ਜ਼ੇਲ੍ਹਖਾਨੇ 'ਚ ਬਣੇ ਗਿਰਜਾਘਰਾਂ ਜਾਂਦਾ ਸੀ। ਉਹ ਉੱਥੋਂ ਧਰਮ ਗ੍ਰੰਥ ਪੜ੍ਹਦਾ ਸੀ ਅਤੇ ਭਜਨ ਗਾਉਂਦਾ ਸੀ। ਉਸਦੀ ਆਵਾਜ਼ ਹੁਣ ਵੀ ਮਨਮੋਹਕ ਸੀ। ਜ਼ੇਲ੍ਹ ਦੇ ਕੈਦੀ ਆਕਸੀਨੋਫ ਦੇ ਆਗਿਆਕਾਰੀ ਸੁਭਾਅ ਕਰਕੇ ਉਹਨੂੰ ਬਹੁਤ ਚਾਹੁੰਦੇ ਸਨ। ਉਸਦੇ ਸਾਥੀ ਵੀ ਉਸਦਾ ਸਤਿਕਾਰ ਕਰਦੇ ਸਨ ਅਤੇ ਉਸਨੂੰ ਚਾਚਾ ਕਹਿੰਦੇ ਸਨ। ਜਦ ਕਦੇ ਉਹਨਾਂ ਨੇ ਆਪਣਾ ਬੇਨਤੀ ਪੱਤਰ ਭੇਜਣਾ ਹੁੰਦਾ ਸੀ ਤਾਂ ਉਸਨੂੰ ਅਧਿਕਾਰੀਆਂ ਕੋਲ ਭੇਜਦੇ ਸਨ। ਜਦੋਂ ਉਹਨਾਂ ਦਾ ਆਪਸੀ ਝਗੜਾ ਹੁੰਦਾ ਸੀ ਤਦ ਵੀ ਉਹ ਆਕਸੀਨੋਫ ਨੂੰ ਆਪਣਾ ਜੱਜ ਮੰਨਦੇ ਸੀ। ਆਕਸੀਨੋਫ ਨੂੰ ਆਪਣੇ ਘਰ ਤੋਂ ਕੋਈ ਚਿੱਠੀ ਨਹੀਂ ਸੀ ਮਿਲੀ, ਇਸ ਲਈ ਉਸਨੂੰ ਜਾਣਕਾਰੀ ਨਹੀਂ ਸੀ ਕਿ ਉਸਦੀ ਪਤਨੀ ਅਤੇ ਬੱਚੇ ਜਿਉਂਦੇ ਹਨ ਜਾਂ ਨਹੀਂ। ਇੱਕ ਵਾਰੀ ਕੁਝ ਨਵੇਂ ਕੈਦੀ ਜੇਲ੍ਹ ਵਿੱਚ ਆਏ। ਸ਼ਾਮ ਨੂੰ ਸਾਰੇ ਪੁਰਾਣੇ ਕੈਦੀ ਨਵੇਂ ਕੈਦੀਆਂ ਦੁਆਲੇ ਇਕੱਠੇ ਹੋਏ। ਉਹ ਸਭ ਉਹਨਾਂ ਨੂੰ ਸਵਾਲ ਕਰਨ ਲੱਗੇ ਕਿ ਉਹਨਾਂ 'ਚੋਂ ਕੌਣ ਕਿਹੜੇ ਕਿਹੜੇ ਪਿੰਡਾਂ 'ਚੋਂ ਆਏ ਹਨ ਅਤੇ ਕਿਹੜੇ ਅਪਰਾਧ 'ਚੋਂ ਆਏ ਹਨ। ਆਕਸੀਨੋਫ ਵੀ ਉਹਨਾਂ ਲੋਕਾਂ 'ਚ ਬੈਠ ਗਿਆ ਅਤੇ ਨੀਵੀਂ ਪਾ ਕੇ ਸਭ ਨੂੰ ਸੁਣ ਰਿਹਾ ਸੀ। ਨਵੇਂ ਕੈਦੀਆਂ ਵਿੱਚ ਇੱਕ ਬਹੁਤ ਹੀ ਲੰਬਾ ਅਤੇ ਤਕੜਾ ਬੁੱਢਾ ਵੀ ਸੀ। ਉਸਦੀ ਕਾਲੀ ਸੰਘਣੀ ਦਾੜ੍ਹੀ ਸੀ। ਉਹ ਆਪਣੀ ਗ੍ਰਿਫਤਾਰੀ ਦੇ ਸੰਬੰਧੀ ਦੱਸ ਰਿਹਾ ਸੀ। ਉਹ ਦੱਸ ਰਿਹਾ ਸੀ, ਇਸ ਲਈ ਭਾਈਓ ਮੈਂ ਬਿਨਾਂ ਕਿਸੇ ਕਾਰਨ ਭੇਜਿਆ ਗਿਆ ਹਾਂ। ਮੈਂ ਇੱਕ ਬੱਗੀ ਦਾ ਘੋੜਾ ਖੋਲ੍ਹ ਲਿਆ ਸੀ ਅਤੇ ਅਧਿਕਾਰੀਆਂ ਨੇ ਮੈਨੂੰ ਘੋੜੇ ਦੇ ਨਾਲ ਹੀ ਫੜ ਲਿਆ। ਉਹ ਸਭ ਕਹਿਣ ਲੱਗੇ ਕਿ ਮੈਂ ਘੋੜਾ ਚੋਰੀ ਕੀਤਾ। ਮੈਂ ਕਿਹਾ, ਮੈਨੂੰ ਜ਼ਰਾ ਜਲਦੀ ਸੀ ਇਸ ਲਈ ਘੋੜਾ ਲੈ ਲਿਆ, ਨਾਲੇ ਬੱਗੀ ਵਾਲਾ ਮੇਰਾ ਦੋਸਤ ਹੈ। ਅਧਿਕਾਰੀਆਂ ਨੇ ਕਿਹਾ, ਨਹੀਂ ਨਹੀਂ ਤੂੰ ਤਾਂ ਘੋੜਾ ਚੋਰੀ ਕੀਤਾ ਹੈ ਅਤੇ ਕਰਕੇ ਲਿਜਾ ਰਿਹਾ ਸੀ। ਪਰੰਤੂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਘੋੜਾ ਕਿੱਥੋਂ ਚੋਰੀ ਕੀਤਾ ਹੈ। ਮੈਂ ਇਸ ਤੋਂ ਪਹਿਲਾਂ ਅਜਿਹੇ ਕੰਮ ਕਰ ਚੁੱਕਾ ਹਾਂ, ਉਦੋਂ ਇੱਥੇ ਆ ਸਕਦਾ ਸੀ, ਪਰੰਤੂ ਉਦੋਂ ਮੈਂ ਫੜਿਆ ਨਹੀਂ ਗਿਆ। ਹੁਣ ਪੁਲਿਸ ਨੇ ਬਿਨਾਂ ਕਾਰਨ ਇੱਥੇ ਭੇਜ ਦਿੱਤਾ ਹੈ। ਪਰ ਕ੍ਰੋਧ ਕਰਨ ਦਾ ਕੀ ਲਾਭ? ਮੈਂ ਪਹਿਲਾਂ ਹੀ ਸਾਈਬੇਰੀਆ ਰਹਿ ਚੁੱਕਾ ਹਾਂ, ਉਹ ਮੈਨੂੰ ਜ਼ਿਆਦਾ ਦਿਨ ਇੱਥੇ ਨਹੀਂ ਰੱਖ ਸਕੇ। ਕਿਉਂਕਿ ਤੁਸੀਂ ਕਿੱਥੋਂ ਆਏ ਹੋ? ਇੱਕ ਕੈਦੀ ਨੇ ਉਸਨੂੰ ਪੁੱਛਿਆ। ਵਲਾਦੀਮੀਰ ਤੋਂ, ਅਸੀਂ ਲੋਕ ਉੱਥੋਂ ਦੇ ਰਹਿਣ ਵਾਲੇ ਹਾਂ। ਮੇਰਾ ਨਾਮ ਮਕਰ ਹੈ, ਮੇਰੇ ਪਿਤਾ ਦਾ ਨਾਂ ਸੇਮਯਨ ਸੀ। ਆਕਸੀਨੋਫ ਨੇ ਸਿਰ ਉੱਚਾ ਕਰਕੇ ਪੁੱਛਿਆ, ਮਕਰ ਇੱਕ ਗੱਲ ਮੈਨੂੰ ਦੱਸ, ਕੀ ਤੂੰ ਵਲਾਦੀਮੀਰ ਦੇ ਇੱਕ ਵਪਾਰੀ ਆਕਸੀਨੋਫ ਦੇ ਪਰਿਵਾਰ ਦਾ ਨਾਮ ਸੁਣਿਆ ਹੈ? ਕੀ ਉਹ ਲੋਕ ਜਿਉਂਦੇ ਹਨ? ਹਾਂ ਹਾਂ ਮੈਂ ਬਿਲਕੁਲ ਸੁਣਿਆ ਹੈ, ਆਕਸੀਨੋਫ ਬੜਾ ਅਮੀਰ ਵਪਾਰੀ ਹੈ, ਜਦੋਂ ਕਿ ਉਸਦਾ ਪਿਤਾ ਸਾਈਬੇਰੀਆ 'ਚ ਹੈ। ਪਤਾ ਲੱਗਿਆ ਹੈ ਕਿ ਉਸਦਾ ਪਿਤਾ ਵੀ ਸਾਡੇ ਵਾਂਗ ਪੁਰਾਣਾ ਪਾਪੀ ਹੈ। ਅੱਛਾ ਬਾਬਾ, ਹੁਣ ਤੁਸੀਂ ਦੱਸੋ, ਤੁਸੀਂ ਕਿਉਂ ਇੱਥੇ ਭੇਜੇ ਗਏ ਹੋ? ਆਕਸੀਨੋਫ ਆਪਣੇ ਮੰਦੇ ਭਾਗਾਂ ਦੀ ਗੱਲ ਨਹੀਂ ਦੱਸਣਾ ਚਾਹੁੰਦਾ ਸੀ। ਉਸਨੇ ਇੱਕ ਲੰਬਾ ਸਾਹ ਲੈਂਦਿਆਂ ਕਿਹਾ, 26 ਸਾਲ ਪਹਿਲਾਂ ਮੈਨੂੰ ਆਪਣੇ ਪਾਪਾਂ ਲਈ ਕਾਲੇ ਪਾਣੀ ਦੀ ਸਜ਼ਾ ਹੋਈ ਸੀ। ਮਕਰ ਨੇ ਪੁੱਛਿਆ, ਤੁਸੀਂ ਕਿਹੜਾ ਅਪਰਾਧ ਕੀਤਾ ਸੀ? ਆਕਸੀਨੋਫ ਨੇ ਕਿਹਾ, ਪਾਪ ਕੀਤਾ ਸੀ, ਉਹੀ ਭੋਗ ਰਿਹਾ। ਇਸ ਤੋਂ ਬਿਨਾਂ ਉਸਨੇ ਕੋਈ ਹੋਰ ਗੱਲ ਨਹੀਂ ਦੱਸੀ। ਪਰ ਹੋਰ ਕੈਦੀਆਂ ਨੇ ਆਕਸੀਨੋਫ ਦੇ ਸਾਈਬੇਰੀਆ ਜਾਣ ਦੀ ਕਹਾਣੀ ਦੱਸ ਦਿੱਤੀ। ਉਹਨਾਂ ਨੇ ਦੱਸਿਆ ਕਿ ਰਸਤੇ ਕਿਸੇ ਨੇ ਇੱਕ ਵਪਾਰੀ ਦਾ ਖੂਨ ਕਰ ਦਿੱਤਾ ਸੀ ਅਤੇ ਆਪਣਾ ਸ਼ੁਰਾ ਇਸ ਦੇ ਬੈਗ ਵਿੱਚ ਰੱਖ ਦਿੱਤਾ, ਇਸ ਕਰਕੇ ਇਸ ਨੂੰ ਸਜ਼ਾ ਮਿਲੀ ਹੈ।
ਜਦ ਮਕਰ ਨੇ ਇਹ ਗੱਲ ਸੁਣੀ ਤਾਂ ਉਸਨੇ ਅੱਖ ਚੁੱਕ ਕੇ ਅਕਸੀਨੋਫ ਨੂੰ ਦੇਖਿਆ। ਇਸ ਤੋਂ ਬਾਅਦ ਆਪਣੇ ਪੱਟ 'ਤੇ ਹੱਥ ਮਾਰਦਿਆਂ ਉਸਨੇ ਕਿਹਾ, ਉਫ, ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ, ਸੱਚਮੁੱਚ ਬੜੀ ਅਜੀਬ ਗੱਲ। ਬਾਬਾ, ਤੂੰ ਤਾਂ ਹੁਣ ਬਹੁਤ ਬੁੱਢਾ ਹੋ ਗਿਆ। ਕੈਦੀਆਂ ਨੇ ਪੁੱਛਿਆ ਕਿ ਇਸ 'ਚ ਹੈਰਾਨੀ ਦੀ ਕੀ ਗੱਲ ਹੈ, ਕੀ ਉਸਨੇ ਅਕਸੀਨੋਫ ਨੂੰ ਪਹਿਲਾਂ ਵੀ ਦੇਖਿਆ ਹੈ? ਪਰ ਉਸਨੇ ਕੋਈ ਉੱਤਰ ਨਾ ਦਿੱਤਾ, ਸਿਰਫ ਇੰਨਾ ਹੀ ਕਿਹਾ, ਦੋਸਤੋ, ਬੜੀ ਹੈਰਾਨੀ ਵਾਲੀ ਗੱਲ ਹੈ। ਇਹ ਵੀ ਕਿਹਾ ਚੰਬਾ ਹੈ ਕਿ ਅਸੀਂ ਲੋਕ ਫਿਰ ਇੱਥੇ ਮਿਲੇ ਹਾਂ। ਮਕਰ ਨੇ ਜਦੋਂ ਇਹ ਸ਼ਬਦ ਕਹੇ ਤਾਂ ਅਕਸੀਨੋਫ ਦੇ ਉੱਠਦਾ ਹੈ ਕਿ ਉਸ ਵਪਾਰੀ ਦਾ ਖੂਨ ਕਿਸ ਨੇ ਕੀਤਾ ਸੀ। ਉਸਨੇ ਪੁੱਛਿਆ, ਕਿਉਂ ਯਾਰ ਮਕਰ, ਕੀ ਤੂੰ ਇਸ ਘਟਨਾ ਦੀ ਖਬਰ ਸੁਣੀ ਸੀ ਜਾਂ ਮੈਨੂੰ ਇਸ ਤੋਂ ਪਹਿਲਾਂ ਕਿਤੇ ਦੇਖਿਆ ਸੀ? ਮੈਂ ਖਬਰ ਸੁਣੀ ਸੀ, ਸ਼ਹਿਰ ਵਿੱਚ ਚਰਚਾ ਸੀ, ਪਰ ਇਹ ਬਹੁਤ ਪੁਰਾਣੀ ਗੱਲ ਹੈ, ਮੈਨੂੰ ਸਭ ਯਾਦ ਨਹੀਂ ਰਿਹਾ, ਮਕਰ ਨੇ ਕਿਹਾ। ਕੀ ਤੂੰ ਇਹ ਵੀ ਸੁਣਿਆ ਸੀ ਕਿ ਵਪਾਰੀ ਦਾ ਖੂਨ ਕਿਸ ਨੇ ਕੀਤਾ? ਮਕਰ ਹੱਸ ਪਿਆ। ਉਸਨੇ ਕਿਹਾ, ਕਿਉਂ, ਇਸ ਵਿੱਚ ਵੀ ਕੋਈ ਸ਼ੱਕ ਹੈ? ਖੂਨ ਉਸਨੇ ਕੀਤਾ ਸੀ ਜਿਸਦੇ ਬੈਗ ਵਿੱਚ ਛੁਰਾ ਸੀ। ਇਹ ਅਸੰਭਵ ਹੈ ਕਿ ਕੋਈ ਹੋਰ ਦੂਸਰਾ ਤੁਹਾਡੇ ਬੈਗ ਵਿੱਚ ਛੁਰਾ ਰੱਖ ਦੇਵੇ ਅਤੇ ਫੜਿਆ ਨਾ ਜਾਵੇ। ਤੁਹਾਡੇ ਬੈਗ ਵਿੱਚ ਹੋਰ ਕਿਸੇ ਦਾ ਕਿਸ ਤਰ੍ਹਾਂ ਛੁਰਾ ਆ ਸਕਦਾ ਹੈ? ਬੈਗ ਤੁਹਾਡੇ ਸਿਰਾਣੇ ਪਿਆ ਸੀ, ਕੋਈ ਹੋਰ ਛੁਰਾ ਰੱਖਦਾ ਤਾਂ ਕਿ ਤੁਹਾਨੂੰ ਖੜਕਾ ਨਾ ਸੁਣਦਾ? ਇਹ ਸ਼ਬਦ ਸੁਣਦਿਆਂ ਹੀ ਅਕਸੀਨੋਫ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਇਸੇ ਆਦਮੀ ਨੇ ਉਸ ਵਪਾਰੀ ਦਾ ਖੂਨ ਕੀਤਾ ਹੈ। ਉੱਠ ਖੜਿਆ ਅਤੇ ਦੂਸਰੇ ਪਾਸੇ ਚਲਾ ਗਿਆ। ਉਸ ਰਾਤ ਉਹ ਸੌਂ ਨਹੀਂ ਸਕਿਆ। ਉਸਨੂੰ ਬੜਾ ਦੁੱਖ ਹੋ ਰਿਹਾ ਸੀ ਅਤੇ ਬੀਤਿਆ ਹੋਇਆ ਯਾਦ ਆ ਰਿਹਾ ਸੀ। ਉਸਨੂੰ ਆਪਣੀ ਪਤਨੀ ਦਾ ਉਸ ਸਮੇਂ ਦਾ ਅੰਦਾਜ਼ ਯਾਦ ਆਇਆ ਜਦੋਂ ਉਸ ਨਾਲ ਆਖਰੀ ਵਿਆਰ ਮਿਲੀ ਸੀ। ਉਸਨੂੰ ਮਹਿਸੂਸ ਹੋਇਆ ਉਸਦੀ ਪਤਨੀ ਉਸਦੇ ਸਾਹਮਣੇ ਖੜੀ ਹੈ। ਉਸਨੇ ਉਸਦਾ ਚਿਹਰਾ, ਉਸਦੀਆਂ ਅੱਖਾਂ ਦੇਖੀਆਂ। ਉਸਨੂੰ ਮਹਿਸੂਸ ਹੋਇਆ ਕਿ ਉਸਨੇ ਉਸਦੀ ਆਵਾਜ਼ ਸੁਣੀ ਹੋਵੇ, ਉਸਦੀ ਹਾਸੀ ਸੁਣਾਈ ਦਿੱਤੀ ਹੋਵੇ। ਇਸ ਤੋਂ ਬਾਅਦ ਉਸਨੂੰ ਆਪਣੇ ਬੱਚਿਆਂ ਦਾ ਚਿਹਰਾ ਯਾਦ ਆਇਆ। ਇੱਕ ਬੱਚਾ ਰੂੰਦਾਰ ਕੋਟ ਪਾਈ ਖੜਾ ਸੀ, ਦੂਸਰਾ ਆਪਣੀ ਮਾਂ ਦਾ ਦੁੱਧ ਚੁੰਘ ਰਿਹਾ ਸੀ। ਉਸਨੂੰ ਆਪਣੇ ਉਹਨੇ ਦਿਨਾਂ ਦੀ ਯਾਦ ਆਈ ਜਦੋਂ ਉਹ ਨੌਜਵਾਨ ਸੀ, ਸਦਾ ਖੁਸ਼ ਰਿਹਾ ਕਰਦਾ ਸੀ। ਉਹਨੂੰ ਯਾਦ ਆਇਆ ਕਿ ਉਹ ਕਿਸ ਤਰ੍ਹਾਂ ਸਰਾਂ ਵਿੱਚ ਬੈਠਾ ਹੋਇਆ ਸੀ ਜਦੋਂ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਉਹ ਕਿਸ ਤਰ੍ਹਾਂ ਆਪਣੀ ਸਤਾਰ ਵਿੱਚ ਡੁੱਬਿਆ ਹੋਇਆ ਸੀ ਅਤੇ ਉਸ ਸਮੇਂ ਉਸਦੀ ਆਤਮਾ ਕਿੰਨੀ ਸੁਖੀ ਸੀ। ਉਸਨੂੰ ਜੇਲ੍ਹ ਦਾ ਉਹ ਕਮਰਾ ਯਾਦ ਆਇਆ ਜਿੱਥੇ ਉਸਨੂੰ ਕੋੜੇ ਮਾਰੇ ਗਏ। ਜੇਲਰ ਖੜਾ ਉਸਨੂੰ ਦੇਖ ਰਿਹਾ ਸੀ ਅਤੇ ਉੱਥੇ ਹੋਰ ਕੈਦੀ ਵੀ ਬੇੜੀਆਂ ਪਹਿਨੀ ਖੜੇ ਸਨ। ਉਸਨੂੰ ਆਪਣੀ ਜੇਲ੍ਹ ਜੀਵਨ ਦੇ 26 ਸਾਲਾਂ ਦੇ ਇਕੱਲੇ ਇਕੱਲੇ ਪਲ ਦੀ ਯਾਦ ਆਈ। ਉਸਨੂੰ ਯਾਦ ਆਇਆ ਕਿ ਹੁਣ ਉਹ ਬੁੱਢਾ ਹੋ ਗਿਆ ਹੈ। ਅਕਸੀਨੋਫ ਇੰਨਾ ਜ਼ਿਆਦਾ ਉਦਾਸ ਹੋ ਗਿਆ ਕਿ ਉਸਨੇ ਆਤਮ ਹੱਤਿਆ ਕਰਨ ਬਾਰੇ ਸੋਚਿਆ। ਇਹ ਸਾਰੇ ਦੁੱਖ ਮੈਂ ਉਸ ਪਾਪੀ ਕਰਕੇ ਭੋਗੇ ਨੇ, ਅਕਸੀਨੋਫ ਨੇ ਆਪਣੇ ਮਨ 'ਚ ਕਿਹਾ। ਉਸਨੂੰ ਮਕਰ 'ਤੇ ਇੰਨਾ ਗੁੱਸਾ ਆਇਆ ਕਿ ਉਹ ਆਪਣੇ ਸਾਰੇ ਦੁੱਖਾਂ ਦਾ ਬਦਲਾ ਲੈਣ ਲਈ ਪਾਗਲ ਹੋ ਉੱਠਿਆ। ਉਹ ਸਾਰੀ ਰਾਤ ਪ੍ਰਾਰਥਨਾ ਕਰਦਾ ਰਿਹਾ ਪਰ ਉਸਦਾ ਚਿੱਤ ਟਿਕਾਣੇ ਨਾ ਆਇਆ। ਸਵੇਰੇ ਹੋਣ ਉੱਤੇ ਜਦੋਂ ਮਕਰ ਦੇ ਨਾਲ ਚੱਲ ਰਿਹਾ ਸੀ ਤਾਂ ਉਹਦੇ ਵੱਲ ਦੇਖਿਆ ਤੱਕ ਨਹੀਂ। ਇਸ ਤਰ੍ਹਾਂ 2 ਹਫ਼ਤੇ ਲੰਘ ਗਏ। ਰਾਤ ਨੂੰ ਅਕਸੀਨੋਫ ਨੂੰ ਨੀਂਦ ਨਹੀਂ ਆਉਂਦੀ ਸੀ। ਇੰਨੀ ਡੂੰਘੀ ਉਦਾਸੀ ਨੇ ਉਸਨੂੰ ਘੇਰ ਲਿਆ ਸੀ ਕਿ ਉਸਦੀ ਸਮਝ ਵਿੱਚ ਨਾ ਆਉਂਦਾ ਕਿ ਹੁਣ ਕੀ ਕੀਤਾ ਜਾਵੇ। ਇੱਕ ਰਾਤ ਜਦੋਂ ਜੇਲ੍ਹਖਾਨੇ ਵੱਲ ਜਾ ਰਿਹਾ ਸੀ, ਉਸਨੇ ਇੱਕ ਤਖ਼ਤੇ ਹੇਠ ਪੁੱਟੀ ਹੋਈ ਮਿੱਟੀ ਦੇਖੀ। ਉਸ ਮਿੱਟੀ ਨੂੰ ਗੌਰ ਨਾਲ ਦੇਖਣ ਲਈ ਰੁਕ ਗਿਆ। ਅਚਾਨਕ ਤਖ਼ਤ ਦੇ ਹੇਠੋਂ ਮਕਰ ਸਰਕਦਾ ਹੋਇਆ ਨਿਕਲਿਆ। ਉਹ ਹੈਰਾਨੀ ਨਾਲ ਅਕਸੀਨੋਫ ਨੂੰ ਦੇਖਣ ਲੱਗਾ। ਅਕਸੀਨੋਫ ਉਹਦੇ ਵੱਲ ਵੇਖੇ ਬਿਨਾਂ ਤੁਰਿਆ ਜਾ ਰਿਹਾ ਸੀ ਪਰ ਮਕਰ ਨੇ ਉਹਦੀ ਬਾਂਹ ਫੜ ਲਈ। ਉਸਨੇ ਉਸਨੂੰ ਦੱਸਿਆ ਕਿ ਕਿਸ ਤਰ੍ਹਾਂ ਉਹ ਕਈ ਦਿਨਾਂ ਤੋਂ ਕੰਧ ਦੇ ਥੱਲੇ ਮਿੱਟੀ ਪੁੱਟ ਰਿਹਾ ਹੈ ਅਤੇ ਕਿਸ ਤਰ੍ਹਾਂ ਉਹ ਜੁੱਤੀਆਂ 'ਚ ਮਿੱਟੀ ਭਰ ਲੈਂਦਾ ਹੈ ਅਤੇ ਸਵੇਰ ਸਮੇਂ ਕੰਮ 'ਤੇ ਜਾਂਦੇ ਸਮੇਂ
ਸੜਕ ਦੇ ਕਿਨਾਰੇ ਸੁੱਟ ਦਿੰਦਾ ਹੈ। ਉਸ ਨੇ ਅੰਤ 'ਚ ਕਿਹਾ, ਬਾਬਾ ਜੇਕਰ ਤੂੰ ਕਿਸੇ ਨੂੰ ਨਹੀਂ ਦੱਸੇਗਾ ਤਾਂ ਤੈਨੂੰ ਵੀ ਬਾਹਰ ਕੱਢ ਕੇ ਲੈ ਜਾਵਾਂਗਾ, ਜੇਕਰ ਤੂੰ ਚੁਗਲੀ ਕਰ ਦਿੱਤੀ ਤਾਂ ਮੇਰੇ ਕੌੜੇ ਪੈ ਜਾਣਗੇ, ਪਰ ਬਾਅਦ ਵਿੱਚ ਮੈਂ ਵੀ ਤੇਰੇ ਨਾਲ ਸਿੰਜ ਲਵਾਂਗਾ, ਮੈਂ ਤੈਨੂੰ ਮਾਰ ਸੁੱਟਾਂਗਾ। ਅਕਸੀਨੋਫ ਨੇ ਜਦ ਉਸ ਆਦਮੀ ਨੂੰ ਦੇਖਿਆ ਜਿਸ ਦੇ ਕਾਰਨ ਉਹਨੂੰ ਇੰਨੇ ਦੁੱਖ ਚੱਲਣੇ ਪਏ ਤਾਂ ਉਸਦਾ ਸਰੀਰ ਗੁੱਸੇ ਨਾਲ ਕੰਬਣ ਲੱਗਿਆ। ਆਪਣੇ ਮੋਢੇ ਝਟਕੇ ਅਤੇ ਕਿਹਾ, ਮੈਂ ਕਿਉਂ ਭੱਜਣ ਦਾ ਯਤਨ ਕਰਾਂ, ਮੈਨੂੰ ਮਾਰਨ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਤੂੰ ਮੇਰੀ ਜਾਨ ਬਹੁਤ ਪਹਿਲਾਂ ਲੈ ਚੁੱਕਾ ਹੈ, ਅਤੇ ਜਿਹੜੀ ਗੱਲ ਤੂੰ ਚੁਗਲੀ ਕਰਨ ਦੀ ਕਰਦਾ ਹੈ ਤਾਂ ਈਸ਼ਵਰ ਮੈਥੋਂ ਜੋ ਕਰਵਾਏਗਾ ਮੈਂ ਉਹ ਕਰਾਂਗਾ। ਦੂਸਰੇ ਦਿਨ ਜਦੋਂ ਸਾਰੇ ਕੈਦੀ ਕੰਮ 'ਤੇ ਲਿਜਾਏ ਜਾ ਰਹੇ ਸੀ ਤਾਂ ਸਿਪਾਹੀਆਂ ਦੀ ਨਿਗਾਹ ਉਸ ਥਾਂ ਉੱਤੇ ਪਈ ਜਿਸ ਨੂੰ ਮਕਰ ਪੁੱਟ ਰਿਹਾ ਸੀ। ਉਹਨਾਂ ਨੇ ਮਕਰ ਦਾ ਬਣਾਇਆ ਟੋਆ ਵੀ ਲੱਭ ਲਿਆ। ਜੇਲਰ ਨੇ ਆ ਕੇ ਸਾਰਿਆਂ ਨੂੰ ਇੱਕ ਇੱਕ ਕਰਕੇ ਪੁੱਛਿਆ, ਇਹ ਸੁਰੰਗ ਕਿਸ ਨੇ ਪੱਟੀ ਹੈ? ਸਭ ਨੇ ਨਾਂਹ ਕਰ ਦਿੱਤੀ। ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੇ ਵੀ ਮਕਰ ਦਾ ਨਾਂ ਨਹੀਂ ਲਿਆ, ਕਿਉਂਕਿ ਉਹ ਜਾਣਦੇ ਸੀ ਕਿ ਇਸ ਜ਼ਹਿਮਤ ਬਦਲੇ ਉਹਨਾਂ ਦੀ ਕੋੜੇ ਮਾਰ ਮਾਰ ਕੇ ਚਮੜੀ ਉਧੇੜ ਦਿੱਤੀ ਜਾਵੇਗੀ। ਜੇਲਰ ਅਕਸੀਨੋਫ ਦੇ ਸਾਹਮਣੇ ਆਇਆ। ਉਹ ਜਾਣਦਾ ਸੀ ਕਿ ਅਕਸੀਨੋਫ ਸਦਾ ਸੱਚ ਬੋਲਦਾ ਹੈ। ਉਸਨੇ ਪੁੱਛਿਆ, ਬਾਬਾ ਤੂੰ ਸਦਾ ਸੱਚ ਬੋਲਦਾ ਹੈ, ਈਸ਼ਵਰ ਦੀ ਸਹੁੰ ਖਾ ਕੇ ਦੱਸ ਕਿ ਇਹ ਹੈ। ਅਕਸੀਨੋਫ ਦੇ ਬੁੜ ਫਰਕਣ ਲੱਗੇ ਅਤੇ ਹੱਥ ਕੰਬਣ ਲੱਗੇ। ਕੁਝ ਸਮਾਂ ਉਸਦੇ ਮੂੰਹ 'ਚੋਂ ਕੋਈ ਸ਼ਬਦ ਨਾ ਨਿਕਲਿਆ। ਉਸਨੇ ਆਪਣੇ ਮਨ 'ਚ ਕਿਹਾ, ਜੇਕਰ ਮੈਂ ਉਸਦੀ ਰੱਖਿਆ ਕਰ ਲਵਾਂ ਪਰ ਮੈਂ ਉਸ ਨੂੰ ਕਿਉਂ ਮਾਫ਼ ਕਰਾਂ ਜਿਸ ਨੇ ਮੇਰਾ ਸੱਤਿਆਨਾਸ਼ ਕੀਤਾ ਹੈ, ਉਸ ਨੂੰ ਆਪਣੇ ਕੀਤੇ ਦੀ ਸਜ਼ਾ ਭੋਗਣ ਦਿਆਂ। ਕੀ ਮੈਂ ਉਸਦਾ ਨਾਂ ਦੱਸ ਦਿਆਂ, ਯਕੀਨਨ ਉਸਦੇ ਕੌੜੇ ਮਾਰੇ ਜਾਣਗੇ, ਪਰ ਇਸ ਨਾਲ ਕੀ ਹੋਵੇਗਾ, ਕੀ ਮੈਨੂੰ ਕੋਈ ਸੁੱਖ ਮਿਲ ਜਾਵੇਗਾ? ਜੇਲਰ ਨੇ ਇੱਕ ਵਾਰ ਫਿਰ ਪੁੱਛਿਆ, ਬਾਬਾ ਸੱਚੀ ਗੱਲ ਦੱਸ, ਇਹ ਟੋਆ ਕਿਸ ਨੇ ਪੱਟਿਆ? ਅਕਸੀਨੋਫ ਨੇ ਇੱਕ ਵਾਰ ਫਿਰ ਮਕਰ ਵੱਲ ਦੇਖਿਆ, ਫਿਰ ਕਿਹਾ, ਹਜ਼ੂਰ ਮੈਂ ਦੱਸ ਨਹੀਂ ਸਕਦਾ, ਈਸ਼ਵਰ ਦੀ ਆਗਿਆ ਨਹੀਂ ਹੈ, ਮੈਂ ਦੱਸਾਂਗਾ ਨਹੀਂ, ਤੁਸੀਂ ਮੇਰੇ ਨਾਲ ਚਾਹੇ ਜੋ ਮਰਜ਼ੀ ਵਰਤਾਓ ਕਰੋ, ਮੈਂ ਤੁਹਾਡੇ ਵੱਸ ਵਿੱਚ ਹਾਂ। ਜੇਲਰ ਨੇ ਬੜੇ ਯਤਨ ਕੀਤੇ ਪਰ ਅਕਸੀਨੋਫ ਨੇ ਕੁਝ ਵੀ ਨਹੀਂ ਦੱਸਿਆ। ਅੰਤ ਤੱਕ ਜੇਲਰ ਅਤੇ ਹੋਰ ਅਧਿਕਾਰੀਆਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਹ ਟੋਆ ਕਿਸ ਨੇ ਪੁੱਟਿਆ ਹੈ। ਦੂਸਰੇ ਦਿਨ ਰਾਤ ਨੂੰ ਅਕਸੀਨੋਫ ਆਪਣੇ ਤਖ਼ਤੇ 'ਤੇ ਪਿਆ ਹੋਇਆ ਸੀ, ਉਹ ਲਗਭਗ ਸੌਂ ਗਿਆ ਸੀ। ਇਸੇ ਵਕਤ ਉਹਨੂੰ ਆਪਣੇ ਪੈਰਾਂ ਕੋਲ ਕਿਸੇ ਦੇ ਆ ਕੇ ਬਹਿ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਹਨੇਰੇ ਵਿੱਚ ਅੱਖਾਂ ਖੋਲ੍ਹ ਕੇ ਵੇਖਿਆ, ਮਕਰ ਸੀ। ਅਕਸੀਨੋਫ ਨੇ ਪੁੱਛਿਆ, ਤੂੰ ਮੈਥੋਂ ਕੀ ਚਾਹੁੰਦਾ, ਇੱਥੇ ਕਿਸ ਲਈ ਆਇਆ? ਮਕਰ ਚੁੱਪ ਰਿਹਾ। ਅਕਸੀਨੋਫ ਉੱਠ ਕੇ ਬਹਿ ਗਿਆ। ਉਸਨੇ ਫਿਰ ਕਿਹਾ, ਤੂੰ ਮੈਥੋਂ ਕੀ ਚਾਹੁੰਦਾ, ਚਲਾ ਜਾ, ਨਹੀਂ ਤਾਂ ਮੈਂ ਪਹਿਰੇਦਾਰ ਨੂੰ ਆਵਾਜ਼ ਦੇ ਦਿੰਦਾ। ਮਕਰ ਨੇ ਅਕਸੀਨੋਫ ਦੇ ਕੰਨਾਂ ਕੋਲ ਜਾ ਕੇ ਹੌਲੀ ਦਿਨ ਕਿਹਾ, ਬਾਬਾ ਮੈਨੂੰ ਮਾਫ਼ ਕਰ ਦੇ। ਅਕਸੀਨੋਫ ਨੇ ਕਿਹਾ, ਕਿਸ ਗੱਲ ਲਈ ਮਾਫ਼ ਕਰਦੇ ਹਾਂ? ਮੈਂ ਹੀ ਉਸ ਵਪਾਰੀ ਦਾ ਖੂਨ ਕੀਤਾ ਸੀ ਅਤੇ ਸ਼ੁਰਾ ਤੇਰੇ ਬੈਗ ਵਿੱਚ ਰੱਖ ਦਿੱਤਾ ਸੀ। ਮੈਂ ਤੇਰਾ ਵੀ ਕਤਲ ਕਰਨ ਜਾ ਰਿਹਾ ਸੀ ਕਿ ਬਾਹਰ ਵਿਹੜੇ ਵਿੱਚ ਕੋਈ ਆਵਾਜ਼ ਹੋਈ, ਮੈਂ ਸ਼ੁਰਾ ਤੇਰੇ ਬੈਗ ਵਿੱਚ ਰੱਖ ਦਿੱਤਾ ਅਤੇ ਖਿੜਕੀ 'ਚੋਂ ਛਾਲ ਮਾਰ ਕੇ ਭੱਜ ਗਿਆ। ਅਕਸੀਨੋਫ ਨੇ ਕੁਝ ਨਹੀਂ ਕਿਹਾ, ਉਸਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕੀ ਕਹੇ। ਮਕਰ ਤਖ਼ਤੇ ਤੋਂ ਉੱਠ ਜ਼ਮੀਨ 'ਤੇ ਬੈਠ ਗਿਆ। ਉਸਨੇ ਕਿਹਾ, ਬਾਬਾ ਮੈਨੂੰ ਮਾਫ਼ ਕਰੋ, ਈਸ਼ਵਰ ਦਾ ਵਾਸਤਾ ਮੈਨੂੰ ਮਾਫ਼ ਕਰ ਦੇ, ਮੈਂ ਅਧਿਕਾਰੀਆਂ ਦੇ ਸਾਹਮਣੇ ਸਵੀਕਾਰ ਕਰ ਲਵਾਂਗਾ ਕਿ ਮੈਂ ਵਪਾਰੀ ਦਾ ਕਤਲ ਕੀਤਾ ਸੀ, ਉਹ ਤੁਹਾਨੂੰ ਮਾਫ਼ ਕਰ ਦੇਣਗੇ, ਤੁਸੀਂ ਆਪਣੇ ਘਰ ਜਾ ਸਕੋਗੇ। ਅਕਸੀਨੋਫ ਨੇ ਕਿਹਾ, ਤੇਰੇ ਲਈ ਇਹ ਕਹਿਣਾ ਸੌਖਾ ਹੈ ਪਰ ਮੈਂ ਇਹ ਸਭ ਕਿਵੇਂ ਸਹਿਣ ਕਰਾਂਗਾ? ਮੈਂ ਹੁਣ ਕਿੱਥੇ ਜਾਵਾਂਗਾ? ਮੇਰੀ ਪਤਨੀ ਪਤਾ ਨਹੀਂ ਮਰ ਗਈ ਹੈ ਕਿ ਹੈ, ਮੇਰੇ ਬੱਚੇ ਮੈਨੂੰ ਭੁੱਲ ਗਏ ਹੋਣਗੇ, ਮੇਰੇ ਲਈ ਹੁਣ ਕੋਈ ਥਾਂ ਨਹੀਂ ਹੈ। ਮਕਰ ਉੱਠਿਆ ਨਹੀਂ
ਧਰਤੀ 'ਤੇ ਸਿਰ ਪਟਕਦਿਆਂ ਉਸਨੇ ਕਿਹਾ, ਬਾਬਾ ਮੈਨੂੰ ਮਾਫ਼ ਕਰ ਦੇ। ਜਦ ਉਹਨਾਂ ਨੇ ਮੇਰੇ ਕੌੜੇ ਮਾਰੇ ਸੀ ਤਦ ਮੈਨੂੰ ਸਭ ਕੁਝ ਸਹਿਣ ਹੋ ਗਿਆ ਸੀ, ਪਰ ਇਹ ਨਹੀਂ। ਇੰਨੀਆਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਤੁਸੀਂ ਮੇਰੇ ਨਾਲ ਹਮਦਰਦੀ ਕੀਤੀ, ਤੁਸੀਂ ਮੇਰਾ ਨਾਂ ਨਹੀਂ ਲਿਆ। ਮੈਂ ਬੜਾ ਪਾਪੀ ਹਾਂ, ਫਿਰ ਵੀ ਈਸ਼ਵਰ ਦਾ ਵਾਸਤਾ ਮੈਨੂੰ ਮਾਫ਼ ਕਰ ਦਿਓ। ਉਹ ਫੁੱਟ ਫੁੱਟ ਕੇ ਰੋਣ ਲੱਗਾ। ਮਕਰ ਨੂੰ ਸਿਸਕੀਆਂ ਲੈਂਦੇ ਦੇਖ ਕੇ ਅਕਸੀਨੋਫ ਦੀਆਂ ਅੱਖਾਂ 'ਚੋਂ ਵੀ ਹੰਝੂ ਨਾ ਰੁਕ ਸਕੇ। ਉਸਨੇ ਕਿਹਾ, ਈਸ਼ਵਰ ਤੈਨੂੰ ਮਾਫ਼ ਕਰੇਗਾ। ਮੈਂ ਸ਼ਾਇਦ ਤੇਥੋਂ ਵੱਡਾ ਪਾਪੀ ਹੋਵਾਂ, ਕੌਣ ਜਾਣਦਾ ਹੈ। ਅਚਾਨਕ ਉਸਦੀ ਆਤਮਾ ਨੂੰ ਇੱਕ ਅਦਭੁਤ ਸ਼ਾਂਤੀ ਦਾ ਅਨੁਭਵ ਹੋਇਆ। ਉਸਨੇ ਆਪਣੇ ਘਰ ਬਾਰੇ ਦੁਖੀ ਹੋਣਾ ਛੱਡ ਦਿੱਤਾ, ਜੇਲ੍ਹ 'ਚੋਂ ਰਿਹਾ ਹੋਣ ਦੀ ਇੱਛਾ ਵੀ ਤਿਆਗ ਦਿੱਤੀ। ਉਹ ਹੁਣ ਆਪਣੇ ਅੰਤਮ ਸਮੇਂ ਵੱਲ ਹੀ ਧਿਆਨ ਕਰਨ ਲੱਗਾ ਸੀ। ਮਕਰ ਨੇ ਅਕਸੀਨੋਫ ਦੀ ਗੱਲ ਨਹੀਂ ਮੰਨੀ ਅਤੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਜਦੋਂ ਅਕਸੀਨੋਫ ਦੀ ਮੁਕਤੀ ਦਾ ਹੁਕਮ ਹੋਇਆ, ਉਦੋਂ ਤੱਕ ਉਸਦੇ ਸਾਹ ਦੇਹ ਨੂੰ ਅਲਵਿਦਾ ਕਹਿ ਚੁੱਕੇ ਸਨ।